ਨਸ਼ਿਆਂ ਦੇ ਮੁੱਦੇ ਤੇ ਪੰਜਾਬ ਪੁਲਿਸ ਐਕਸ਼ਨ 'ਚ ਹੈ। ਲੁਧਿਆਣਾ ਦੇ ਪਿੰਡ ਮੰਡਿਆਣੀ 'ਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ। ਪਿੰਡ ਦੇ ਸਰਪੰਚ ਵੱਲੋਂ ਪਿੰਡ 'ਚ ਨਸ਼ਾ ਵਿਕਣ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਪਿੰਡ 'ਚ ਸਰਚ ਆਪਰੇਸ਼ਨ ਚਲਾਇਆ ਗਿਆ। ਸਾਡੀ ਭੈਣ ਹੈ ਸਰਪੰਚ, ਇਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਤਿੰਨ ਚਾਰ ਘਰ ਨੇ ਉਹ ਡਰੱਗ ਵੇਚ ਰਹੇ ਨੇ। ਉਹ ਕੱਲ੍ਹ SSP ਸਾਹਿਬ ਨੇ ਇੱਥੇ ਸਾਰਾ ਰੇਡ ਕਰਵਾ ਕੇ 110 ਦੀ ਕਾਰਵਾਈ ਕਰ ਦਿੱਤੀ ਸੀ ਅਤੇ ਅੱਜ ਅਸੀਂ 128 ਨੰਬਰ FIR ਵੀ ਦਰਜ ਕਰ ਦਿੱਤੀ ਹੈ। ਇਹ ਪਿੰਡ ਦੇ ਬੜੇ ਸੁਚੇਤ ਲੋਕ ਨੇ ਜਿਨ੍ਹਾਂ ਨੇ ਸਾਡੇ ਨੋਟਿਸ ਲਿਆਂਦਾ ਕਿ ਇੱਥੇ ਦੋ ਤਿੰਨ ਘਰ ਦੇ ਜਿਹੜੇ ਡਰੱਗ ਨੂੰ ਵੇਚਦੇ ਹੈਗੇ ਆ।